आर एन एन डिजिटल मीडिया की वीडियोस देखने के लिए हमारे चैनल को सब्सक्राइब कीजिए और बेल के आइकन पर क्लिक कीजिए ताकि आप हमारी आने वाली तमाम वीडियो से बाखबर रह सकें नाजिन दुल्हा खड़ेपड़ गांव में उनकी दोनों बहनें मेरे साथ मौजूद हैं जो चीख चीख कर चिल्ला चिल्ला कर कह रही हैं कि ये वो सूट है जिसको हमने तैयार किया चाँव से और हमारी बहन को पहनाया उसको बेजा दुल्हन बनाकर हमें नहीं पता था कि ये उसका सफर सफ़र आखिरत साबित होगा ये आज भी उस सूट को देख देख के सुराने रख कर सोती हैं आइए नाजिन हम इनसे गुफ्तु करते हैं कि ये सूट इन्होंने अपनी बहन को पहना के तैयार करके किस तरह भेजा और ये बहन जब कमरे में दाखिल हुई तो इसने किस तरह देखा इनकी बहन किस तरह इसके ऊपर गिरी दरवाज़ा खोलने के बाद लॉक वगैरह नहीं लगा हुआ था क्या नाम है आपका फौज गया ਫਜ਼ੀਆ ਜਬ ਆਪ ਗਈ ਹੈ ਇਹ ਪਹਿਲੇ ਦਿਨ ਆਪकी बहन ਜਬ ਤਿਆਰ ਹੋਈ ਦੁਲਹਨ ਬਣੀ ਸੀ ਇਹ ਸੂਟ ਪਨਾਇਆ ਹਾਂਜੀ ਇਹ ਮੇਰੀ ਭੈਣ ਨੇ ਸੂਟ ਪਹਿਨਿਆ ਸੀ ਮੇਰੀ ਭੈਣ ਨੇ ਬੜਿਆ ਚਾਵਾਂ ਨਾਲ ਤੇ ਖੁਸ਼ੀਆਂ ਨਾਲ ਹੱਥਾਂ ਨਾਲ ਸਲਾਈ ਕੀਤਾ ਸੀ ਮੇਰੇ ਬਾਪ ਨੇ ਮਿਹਨਤ ਮਜ਼ਦੂਰੀ ਕਰਕੇ ਸੂਟ ਅਸੀਂ ਬੜਿਆ ਚਾਵਾਂ ਨਾਲ ਲਿਆ ਸੀ ਸਾਨੂੰ ਨੇ ਸੀ ਪਾਇਆ ਸੂਟ ਮੇਰੀ ਭੈਣ واسੇ ਖਫਨ ਤਾਂ ਜਾਣਾ ਅਸੀਂ ਆਦੀ ਭੈਣ ਨੂੰ ਡੋਲੀ ਚ ਸੂਟ ਪਾ ਕੇ ਕੱਲੇ ਪਰ ਉਹਨਾਂ ਸਾਨੂੰ ਮਕਲਾਵੇ ਤੇ ਸਾਡੀ ਭੈਣ ਨੂੰ ਖਫਨ ਪਾ ਕੇ ਕੱਲਿਆ ਏ ਜਦੋਂ ਬੇਟਾ ਤੂੰ ਦੇਖਿਆ ਕਿ ਸਵੇਰ ਹੈ ਸੂਟ ਉਹਨੇ ਪਾਇਆ ਹੈ ਤੇ ਉਸ ਹਾਲਤ ਚ ਵਿਚਾਰੀ ਹਲਾਕ ਹੋ ਗਈ ਐਸ ਹਾਲਤ ਚ ਐ ਸੂਟ ਦੇ ਵਿੱਚ ਮੇਰੀ ਪੈਂਟਸ ਵਾਲ ਅਸੀਂ ਸਵੇਰ ਸੂਟ ਲਵਾ ਕੇ ਖਫਨ ਪਾਇਆ ਹੈ ਐ ਮੇਰੀ ਸਪੈਨ ਸੂਟ ਪਹਿਨਨੇ ਆ ਸੀ ਐ ਦਰਵਾਜ਼ਾ ਖੋਲਿਆ ਉਦੋਂ ਤੂੰ ਕੀ ਮਨਾਜ਼ਰ ਵੇਖੇ ਸੂਟ ਦੇ ਵਿੱਚ ਦੁਲਹਨ ਮਰ ਚੁਕੀ ਸੀ ਅੱਲਾ ਨੂੰ ਪਿਆਰੀ ਹੋ ਚੁਕੀ ਸੀ ਆ ਮੈਂ ਸੀ ਦਰਵਾਜ਼ਾ ਖੋਲਿਆ ਤੇ ਮੇਰੀ ਭੈਣ ਸਾਨੂੰ ਨਹੀਂ ਸੀ ਪਤਾ ਮਾਰ ਗਈ ਸਾਡਾ ਇਧਰ ਨੂੰ ਜ਼ਹਿਨ ਨਹੀਂ ਗਿਆ ਸੀ ਕਿ ਮੇਰੀ ਭੈਣ ਠੀਕ ਠਾਕ ਹੈ ਨਹੀਂ ਬਿਮਾਰ ਹੈ ਕਿ ਨਾ ਕਿ ਪਤਾ ਨਹੀਂ बेहोश ਹੋ ਗਈ ਏ ਜਲਦੀ ਨਾਲ ਸੀ ਉਠਾਇਆ ਤੇ ਡਾਕਟਰ ਆਏ ਉਹਨੇ ਮਾਰ ਗਈ ਫੇਰ ਸਾਡੀਆਂ ਚੀਖਾਂ ਨਿਕਲੀਆਂ ਮਾਰ ਗਈ ਕਿਵੇਂ ਮਾਰ ਗਈ ਮਾਮੂ ਆ ਗੱਲ ਪਈ ਆਏ ਮਾਮੂ ਕਿਵੇਂ ਹੋ ਗਿਆ ਬਸ ਅੱਲਾ ਦੀ ਕੀਤੀ ਹੋਗੀ ਅੱਲਾ ਦੀ ਕੀਤੀ ਹੋ ਗਿਆ ਜਿੰਦਗੀ ਚ ਪਹਿਲੀ ਵਾਰ ਇੰਜ ਵੇਖਿਆ ਹੈ ਪੈਸਿਆਂ ਦੇ ਖਾਤਰ ਮਾਰਨਾ ਸਾਨੂੰ ਤੇ ਪੈਸੇ ਉੰਜਾਂ ਦੇ ਕਲ ਮੰਗ ਲੈਂਦੇ ਉੰਜ ਵੀ ਸਾਰੇ ਕੰਮ ਕਰਦਾ ਸੀ ਸਾਰੇ ਹਰ ਮਾਮਲਾਤ ਉਹ ਹੀ ਸੰਭਾਲਦਾ ਸੀ ਇੱਕ ਪੈਸਿਆਂ ਵਾਸਤੇ ਉਹਨਾਂ ਜ਼ਮੀਰ ਵੇਚ ਦਿੱਤਾ ਹੈ ਤੁਹਾਨੂੰ ਪਤਾ ਹੁੰਦਾ ਤੇ ਤੁਸੀਂ ਆਪਣੀ ਭੈਣ ਨਾਲ ਭੇਜਦੇ ਮੌਤ ਦੇ ਮੂੰਹ ਦੇ ਵਿੱਚ ਤੁਹਾਨੂੰ ਕੀ ਪਤਾ ਸੀ ਕਿ ਇਹ ਜਿਹੜਾ ਸੂਟ ਉਹਨੂੰ ਪਨਾ ਰਿਹਾ ਏ ਉਹਦਾ ਕਫਨ ਸਬਤ ਹੋਏਗਾ ਸਾਨੂੰ ਪਤਾ ਹੁੰਦਾ ਬਾਈ ਤੇ ਅਸੀਂ ਆਦੀ ਭੈਣ ਨੂੰ ਕਰੋੜਾ ਰੁਪਈਆ ਵੀ ਸਾਨੂੰ ਦੇਂਦੇ ਤਾਂ ਅਸੀਂ ਆ ਸੂਟ ਪੁਆਣਾ ਸੀ ਅਸਤੇ ਕਦੀ ਜ਼ਿੰਦਗੀ ਚ ਸੂਟ ਨਾ ਪੁਆੰਦੇ ਸਾਨੂੰ ਪਤਾ ਜੀ ਸਿੰਦਾ ਸੀ ਆ ਭੈਣ ਦੇ ਸੂਟ ਉਤਾਰਿਆ ਸੀ ਸੀਨੇ 'ਤੇ ਲਾ ਲ ਕੇ ਰੋ ਰੋ ਕੇ ਸੂਟਾਂ ਨੂੰ ਸੁਬਾ ਸ਼ਾਮ ਵੇਖੀਦਾ ਸਾਨੂੰ ਇਹ ਖਫਾ ਨਜ਼ਰ ਆਉਂਦਾ ਹੈ ਸੂਟ ਉਹਨੇ ਆਪਣੇ ਅੰਥਾ ਨਾਲ ਸਲਾਈ ਕੀਤਾ ਆਪਣੇ ਚਾਵਾਂ ਨਾਲ ਸਲਾਈ ਕੀਤਾ ਕੀ ਕਹੇਂਗੀ ਬੈਨਾ ਤੂੰ ਨੇ ਕਮਾਨੀ ਸਾਨੂੰ ਨੇ ਸਾਫ ਚਾਹੀਦਾ ਸਾਨੂੰ ਨੇ ਸਾਫ ਚਾਹੀਦਾ ਸਾਡੀ ਬੜੀ ਲਾਡਲੀ ਸੀ ਜਮਾਈ ਅਸੀਂ ਬੜੇ ਜਵਾਨ ਲੰਦੀਆਂ ਸਾਥੀ ਗਾਈਂਦੀਆਂ ਸੀ ਬੜੇ ਜਾਨ ਗਿਤੀਆਂ ਇਸ ਮੰਨਿਆ ਲਾਦੀਆਂ ਐਡੀ ਲਾਡਲੀ ਮੈਨੂੰ ਸਾਨੂੰ ਪਤਾ ਹੁੰਦਾ ਸੀ ਆਦੇ ਤੀ ਤਿਆਰ ਨਾ ਕਰਦੀਆਂ ਉਹ ਵੇਟੇ ਸੋਨੇ ਕੱਪੜੇ ਨਾ ਬਾਦਿਆ ਉਹ ਸਾਡੀ پری ਸੀ नाजिन आप बहनों की हालत से अंदाज़ा लगा सकते हैं कि इनके दिल के ऊपर क्या बीत रही है इस सूट को हैंगर में लटका कर रोज़ाना देखती हैं रोज़ाना जीती हैं पल पल जीती हैं पल पल मरती हैं खुद सोचें जिनकी लगते जिगर बहन अल्लाह को प्यारी हो जाए और ज़िंदगी की जो सबसे बड़ी खुशी होती है वो सुहाग रात होती है कितनी चाहों से अपनी बहन को रुख्सत किया इस फैमिली को अगर इंसाफ ना मिला तो आप और मुझे कोई माफ नहीं करेगा हमने इंशाल्लाह इनको इंसाफ दिलाना है जब आप गई आपने देखा तो क्या हालत थी उस टाइम हालत ऐसी اسرਾਈ انج ਕਰਕੇ ਪਈ ਮਰੀ ਪਈ ਨੇ assi aakha behosh ikar kise nu koi tension ni inne sare jee khushal e jado kamre ch vi kaddi te jado ambulance ch pai e te kehne lagge marya nal marya ta ni janda kiven cheekdiyan kookdiyan hun ganda ta ਮਾਮੀ ਛੋਟੀ ਕਹਿੰਦੀ ਪਰ ਦੂਸਰੀ ਮਾਮੀ ਤੇ ਨਾ ਬੋਲੀਨੀ ਉਹ ਤਾਂ ਬਸ ਲੋਕਾਂ ਪਾਸੇ ਵੇਂਦੀ ਸੀ ਤੇ ਆਪਣਾ ਆਪ ਛਪਾਉਂਦੀ ਸੀ ਨਿੱਕੀ ਮਾਮੀ ਬੜੀਆਂ ਟਰਲਟਰਲ ਗੱਲਾਂ ਕਰਦੀ ਸੀ ਤੇ ਅਸੀਂ ਕਹਿੰਦੇ ਸਾਂ ਪਤਾ ਨਹੀਂ ਉੰਜ ਹੀ ਗੱਲਾਂ ਕਰਦੀ ਸਾਡੇ ਵਾਸਤੇ ਤਾਂ ਰਾਤ ਨੇਰੀ ਹੋ ਗਈ ਸੀ ਸਾਡੇ ਤਾਂ ਪੈਨ ਨੇ ਲੱਡ ਲਈ ਸੀ ਸਾਡੇ ਨਾਲ ਇੰਨੀਆਂ ਗੱਲਾਂ ਕਰਕੇ ਕਹੀ ਸੀ ਕਿ ਪੈਨ ਸਵੇ ਸੱਤ ਖਾਣੇ ਲੈ ਕੇ ਆਨੇ ਜੇ ਪੈਨ ਦੇ ਨਸੀਬ ਨਹੀਂ ਹੋਇਆ ਸੀ ਸਾਰੀ ਰਾਤ ਸੱਤ ਖਾਣੇ ਬਣਾਉਂਦੀ ਘਰੀਆਂ ਬੈਨਾ ਤੂੰ ਜਦੋਂ ਫੌਜ਼ੀਆ ਰਾਤ ਨੂੰ ਵਾਪਸ ਆਈ ਹੈ ਕਿੰਨੇ ਵਜੇ ਮਿਲ ਕੇ ਆਈ ਹੈ ਉਸ ਹਾਲਤ ਸੂਟ ਚ ਉਹਨੂੰ ਬਿਠਾ ਕੇ ਛੱਡ ਕੇ ਆਈ ਹੈ 2:30 ਵਜੇ ਮੈਂ ਗਈਆਂ ਦੋਨੋਂ ਮੀਆਂ ਬੀਬੀ ਖਾਣਾ ਖਾ ਰ ਐਡੇ ਸੋਨੇ ਬੈਠੇ ਨੇ ਵੇਖੋ ਐਡੇ ਗੰਦੇ ਲੋਕ ਸੋਨੇ ਦੀ ਚੀਜ਼ ਸਵੇਰ ਪਿੱਤਲ ਬਣ ਗਈ ਮੈਂ ਖੁਦ ਵੇਖਿਆ ਸ਼ਰਾਫਤ ਨੇ ਮੇਰੀ ਭੈਣ ਨੂੰ ਸੋਨੇ ਦੀ ਚੈਨ ਪਾ ਪਾਈ ਮੂੰਹ ਖਾਲੀ ਤੇ ਅੰਗੂਠੀ ਪਾਈ ਤੇ ਸਵੇਰ ਮਾਮੀ ਕਹਿੰਦੀ ਉਹ ਤਾਂ ਪਿੱਤਲ ਦੀ ਸੀ ਬਾਜ਼ਾਰੋਂ ਸੀ ਇੱਥੇ ਕਿਤੇ ਗੋਮ ਗਈ ਐ ਐਡੇ ਗੰਦੇ ਜ਼ਮੀਰ ਇਹਨਾਂ ਦੇ ਦੇਖੋ ਜਿਨ੍ਹਾਂ ਦੇ ਜਵਾਨ ਭੈਣ ਨੇ ਤੈਨੂੰ ਆਖਰੀ ਅਲਫਾਜ਼ ਤੂੰ ਕਰਨ ਨਿਕਲਣ ਲੱਗਿਆ ਕਹੀਆਂ ਟਾਈ ਬਜੇ ਤੇ ਮੈਨੂੰ ਕਹਿੰਦੀ ਹੈ ਭੈਣ ਅੰਮੀ ਰੋ ਤਾਂ ਨਹੀਂ ਰਹੀ ਮੈਂ ਕਿਹਾ ਨਹੀਂ ਸਮੀਆਂ ਅੰਮੀ ਠੀਕ ਹੈ ਅੰਮੀ ਨਹੀਂ ਰੋ ਰਹੀ ਕਹਿੰਦੀ ਅੱਛਾ ਮੈਨੂੰ ਨਾ ਚੁੱਪ ਕਰਵਾਇਆ ਪਰੇਸ਼ਾਨ ਤਾਂ ਨਹੀਂ ਹੈ ਮੈਂ ਕਿਹਾ ਨਹੀਂ ਸਮੀਆਂ ਅੰਮੀ ਤਾਂ ਖੁਸ਼ਹਾਲ ਹੈ ਤੇ ਕਹਿੰਦੀ ਅੱਛਾ ਭੈਣ ਸਵੇਰ ਮੇਰੇ ਸੱਤ ਕਿਸਮ ਦੇ ਨਾਸ਼ਤੇ ਲੈ ਕੇ ਆਨੇ ਤੇ ਮੇਰਾ ਨਾਸ਼ਤਾ ਲੈਣਾ ਨਾ ਸੱਤ ਨਾਸ਼ਤੇ ਖਾਣੇ ਪਕਾ ਕੇ ਲੈ ਮੈਂ ਕਿਹਾ ਅੱਛਾ ਸਮੀਆਂ ਠੀਕ ਹੈ ਹੁਣ ਮੈਂ ਜਾਣਨੀ ਆ ਦੇਖੋ ਸੁਬਾਹ ਜਿਹੜੋ ਸੰਦਰੋ ਲਾਸ਼ਾਂ ਕੱਢੀਆਂ ਨੇ ਨਾ ਅਸੀਂ ਕੋਸੂਰ ਕੀਆ ਸਾਡੇ ਗਾਲਤ ਸਾਡੇ ਸਿਰ ਤੇ ਚੁੰਨੀਆਂ ਵੀ ਨਹੀਂ ਸਾਡੇ ਪੈਰਾਂ ਐ ਜੁੱਤੀਆਂ ਵੀ ਨਹੀਂ ਤੇ ਉਹ ਤਿਆਰ ਹੋ ਕੇ ਜੁੱਤੀਆਂ ਲੈ ਕੇ ਚਾਦਰਾਂ ਪਾ ਕੇ ਫਿਰ ਸਾਡੇ ਪਿੱਛੇ ਗਈਆਂ ਨੇ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਸੀ ਜਿੰਨਾ ਜਵਾਨ ਬੇਟਾ ਮਰ ਜੇ ਉਹਨਾਂ ਦੁਬੱਟੇ ਸੋਝਦੇ ਨੇ ਉਹਨਾਂ ਨਵੀਆਂ ਜੁੱਤੀਆਂ ਸੋਝਦੀਆਂ ਨੇ ਅਸੀਂ ਪੈਣਾ ਓਕੇ ਸਾਡੇ ਸਿਰ ਤੇ ਚੁੰਨੀਆਂ ਨਹੀਂ ਸਨ ਰਾਹ ਤੇ ਕਿਸੇ ਨੇ ਚੁੰਨੀਆਂ ਦਿੱਤੀਆਂ ਰਾਹ ਤੇ ਸਾਨੂੰ ਤੇ ਕਿਸੇ ਨੇ ਜੁੱਤੀਆਂ ਦਿੱਤੀਆਂ ਉਹ ਤਿਆਰ ਹੋ ਕੇ ਪਿੱਛੋਂ ਗਏ ਨੇ ਬੇਟਾ ਤੁਹਾਨੂੰ ਇਨਸਾਫ ਮਿਲੇਗਾ ਨਾਜ਼ਿਨ समिया उर्फ शहज़ादी की आखिरी ख्वाहिश अपनी बहन को कह रही है कि सुबह मेरे लिए सात रंग के खाने बना कर लाना उस बेचारी को क्या पता था कि ये मेरे मुंह से निकले अल्फाज आखिरी साबित होंगे और मैं सुबह इनको इस हालत में नहीं मिलूंगी ना जिन इससे बड़ा दुनिया का गम क्या हो सकता है कि जिस घर में शहनाइयाँ बचनी थी जिस घर में ढोलक बचनी थी उसी घर में सफ़े मातम बिछ जे इनके पाँव के नीचे से ज़मीन निकल गई इनकी दुनिया ही उजड़ गई अस्तफुल्ला करना चाहिए अल्लाह ताला तो किसी की किसी दुश्मन के घर में भी ऐसा वक्त ना लेकर आए कि शादी वाले दिन हलाकत हो जाए दीजिए इसी अफसोसनाक वाक्य के साथ अपने उसको ज़्यादा दुआ में याद रखें अगले से मैं दोबारा मिलेंगे जाने से पहले गुजारिश है कि इस फैमिली को आपने और मैंने इंसाफ़ दिलाना है अल्लाह हाफिज़